ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਵੀਰੂ ਵੀਰੇ ਜੀ। ਅੱਜ ਆਪਾਂ ਪਹੁੰਚੇ ਜੀ ਘੋਲੀਆ ਖੁਰਮ ਦੇ ਕੱਪ। ਸਾਡਾ ਭਰਾ ਮੰਗਾ ਘੋਲੀਆ ਜੀ, ਭਰਾ ਦਾ ਪਿੰਡ ਮੇਲਾ ਚੱਲਦਾ, ਬਹੁਤ ਰੋਲ ਦਾ ਵੱਡਾ ਟੂਰਨਾਮੈਂਟ ਚੱਲਦਾ ਪਿਆ ਵਾ। ਇੱਥੇ ਦੋ ਮੋਟਰਸਾਈਕਲ ਮੈਨ ਆਫ ਦੀ ਸੀਰੀਜ਼ ਦੇਣੇ ਆ। ਬਹੁਤ ਵੱਡੀ ਸੋਚ ਆ ਭਰਾ ਦੀ, ਅਤੇ ਗਰਾਊਂਡ ਦਾ ਵਿਊ ਦੇਖੋ ਕਿੰਨਾ ਵਧੀਆ, ਅਤੇ ਐਨ ਵਧੀਆ ਸਾਊਂਡ ਲੱਗੀ ਹੋਈ ਆ ਭਰਾ ਦੀ, ਅਤੇ ਵਧੀਆ ਮੇਲਾ ਚੱਲਦਾ ਪਿਆ ਵਾ। ਤੁਸੀਂ ਲੰਗਰ ਦਾ ਪ੍ਰਬੰਧ ਦੇਖ ਸਕਦੇ ਹੋ ਜੀ, ਬਹੁਤ ਵਧੀਆ ਡਿਸਿਪਲਨ ਦੇ ਵਿੱਚ ਲੰਗਰ ਪਾਣੀ ਛਕਿਆ ਛਕਾਇਆ ਜਾਂਦਾ। ਸਵੇਰੇ 8:30 ਲੰਗਰ ਆਪਣਾ ਬਣ ਕੇ ਤਿਆਰ ਹੋ ਜਾਂਦਾ। ਤੁਸੀਂ ਦੇਖੋ ਜੀ, ਮਟਰ ਬਣਾਏ ਹੋਏ ਆ ਬਹੁਤ ਵਧੀਆ, ਅਤੇ ਨਾਲ ਰੋਟੀ ਦਾ ਪ੍ਰਬੰਧ, ਨਾਲ ਚਾਹ ਦਾ ਪ੍ਰਬੰਧ। ਸਾਰੇ ਭਰਾ ਅੱਜ ਲੰਮੇ ਚਟਕੇ ਵਾਲੇ ਭਰਾ ਬੈਠੇ ਆ, ਲੰਗਰ ਪਾਣੀ ਛਕਦੇ ਆ ਭਰਾ। ਸਾਡੇ ਪਿੰਡ ਦੇ ਪ੍ਰਬੰਧ ਤੇ ਕੱਪ ਦੇ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਦੀ ਮੰਗਾ ਘੋਲੀਏ ਭਰਾ ਦਾ ਵੱਡਾ ਨਾਮ ਆ ਪੰਜਾਬ ਭਰ ਦੇ ਵਿੱਚ, ਅਤੇ ਨਾਲ ਸਾਡੇ ਸਤਿਕਾਰਯੋਗ ਸਾਡਾ ਵੀਰ ਪੰਜਾਬੀ ਬੋਲਾਂ ਦਾ ਬਣਜਾਰਾ ਛੋਟਾ ਵੀਰ ਇਕਬਾਲ ਮਲੂਕਾ ਦੇ ਨਾਲ। ਆਪਣਾ ਵੀ ਸ਼ੁਭਨਾਮ ਕੀ ਸੀਗਾ ਜੀ? ਮੇਰਾ ਨਾਮ ਵਿੱਕੀ ਹੈ ਜੀ। ਬਹੁਤ ਬਹੁਤ ਧੰਨਵਾਦ ਵੀਰ ਜੀ, ਤੁਸੀਂ ਸਾਡੇ ਨਗਰ ਦੇ ਵਿੱਚ ਆਏ ਹਾਂ। ਜਿੰਨੇ ਵੀ ਦੋਸਤ ਸਾਰੇ ਇੱਥੇ ਟੂਰਨਾਮੈਂਟ ਖੇਡਣ ਆਏ ਮੁੰਡੇ ਜਾਂ ਵੇਖਣ ਆਏ ਆ, ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਔਰ ਲੰਗਰ ਪਾਣੀ ਇੱਥੇ ਪੂਰਾ ਹੀ ਸੁਬਹਾ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਚੱਲਦਾ ਹੈ। ਲੋੜ ਮੁਤਾਬਕ ਲੰਗਰ ਛਕੋ ਜੀ। ਜੀ ਆਇਆਂ ਨੂੰ, ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ। ਇਹ ਟੂਰਨਾਮੈਂਟ ਜੀ ਹਰ ਸਾਲ ਕਰਾਉਂਦੇ ਹਾਂ, ਇੱਕ ਕੀ ਵੀ 2 ਤਰੀਕ ਤੋਂ ਲੈ ਕੇ 7 ਤਰੀਕ ਤੱਕ ਹੈ, ਅਤੇ ਪੂਰਾ ਰਾਣਕੋ ਵਧਾਓ, ਜ਼ਰੂਰ ਪਹੁੰਚੋ ਜਿੱਥੋਂ ਜਿੱਥੋਂ ਵੀਡੀਓ ਤੁਸੀਂ ਵੇਖ ਰਹੇ ਹਾਂ। ਅਜੇ 2 ਦਿਨ ਟੂਰਨਾਮੈਂਟ ਹੋਰ ਚੱਲੂਗਾ। ਬਹੁਤ ਬਹੁਤ ਧੰਨਵਾਦ ਬਾਈ ਜੀ ਦਾ ਵੀ, ਜਿੰਨੇ ਲੋਕ ਵੇਖ ਰਹੇ ਸਾਰਿਆਂ ਦਾ ਤੁਹਾਡਾ ਹੀ ਬਹੁਤ ਬੜਾ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਆਪਣਾ ਸ਼ੁਭ ਨਾਮ ਕੀ ਹੈ ਜੀ? ਕਰਮਜੀਤ ਸਿੰਘ ਜੀ। ਕੀ ਕਹਿਣਾ ਚਾਹੋਗੇ ਮੇਲੇ ਬਾਰੇ? ਮੈਂ ਤਾਂ ਇਹੀ ਕਹਾਂ, ਮੰਗਾ ਘੋਲੀਆ ਗੁੰਡ ਬੰਦਾ ਪ੍ਰੋਗਰਾਮ ਹਰੇਕ ਵਾਰੀ ਕਰਾਉਂਦਾ, ਵਧੀਆ ਬੰਦਾ ਹਰੇਕ ਵਾਰੀ ਪ੍ਰੋਗਰਾਮ, ਨਾ ਸਾਡੇ ਪੰਜਾਬੀ ਬੋਲਾਂ ਦਾ ਬਣਜਾਰਾ ਇਕਬਾਲ ਮਲੂਕਾ। ਸਤਿ ਸ਼੍ਰੀ ਅਕਾਲ ਸਾਨੂੰ ਬਾਈ, ਵਧੀਆ ਟੂਰਨਾਮੈਂਟ ਆ ਬਾਈ, ਤੁਹਾਨੂੰ ਪਤਾ ਜੀ ਮੰਗੇ ਬਾਈ ਦੇ ਪਿੰਡ ਟੂਰਨਾਮੈਂਟ ਆ, ਅਤੇ ਇੱਕ ਜੀ ਪਿਛਲੇ ਸਾਲ ਵੀ ਹਰ ਸਾਲ ਆਉਣਾ ਵੀ ਮੈਂ ਕਮੈਂਟਰੀ ਕਰਨ, ਇੱਕ ਜੀ ਸਭ ਤੋਂ ਵਧੀਆ ਲੱਗਦੀ ਆ ਬਾਈ ਵੀ, ਜਦੋਂ ਅਸੀਂ ਸੁਬਹਾ ਆਏ ਹਾਂ 7:30 ਵਜੇ ਪਹਿਲਾਂ ਮੈਚ ਚੱਲ ਪਿਆ ਸੀਗਾ, ਇੰਨਾ ਕੁ ਵਧੀਆ ਗਰਾਊਂਡ ਤਿਆਰ ਕੀਤਾ, ਇੰਨਾ ਕੁ ਵਧੀਆ ਲੰਗਰ, ਚਾਹ ਦਾ ਵੀ ਕਿਸੇ ਚੀਜ਼ ਦੀ ਮਿੰਟ ਮਿੰਟ ਬਾਅਦ ਚਾਹ, ਤਾਜ਼ੀ ਚਾਹ ਬਣਦੀ ਆ, ਵਧੀਆ ਲੰਗਰ ਬਣਦਾ। ਇੱਕ ਚੀਜ਼ ਹੋਰ ਆ ਬਾਈ, ਵੀ ਜਿਹੜੀਆਂ ਟੀਮਾਂ ਦੂਰੋਂ ਨੇੜੋਂ ਆਉਂਦੀਆਂ ਉਹਨਾਂ ਦੇ ਮੈਚ ਪਹਿਲਾਂ ਹੋਏ ਆ, ਜਿਹੜੀਆਂ ਟੀਮਾਂ ਦੂਰੋਂ ਦੀਆਂ ਉਹਨਾਂ ਦੇ ਮੈਚ ਥੋੜ੍ਹੇ ਬਹੁਤ ਐਡਜਸਟ ਮਾਰਨ ਕਰਕੇ ਇੰਨਾ ਕੁ ਵਧੀਆ ਪੂਲ ਬਾਈ ਬਣਾਉਂਦੇ ਆ, ਬਾਕੀ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ ਬਾਈ, ਤੁਸੀਂ ਵੀ ਪਹੁੰਚਿਆ ਕਰੋ। ਬਹੁਤ ਬਹੁਤ ਧੰਨਵਾਦ ਬਾਈ ਜੀ। ਮੰਗੇ ਦੀ ਖਾਤਰ ਕਹਿਣਾ ਚਾਹੁੰਦੇ ਹਾਂ, ਕਿਉਂਕਿ ਮੰਗਾ ਬਹੁਤ ਵਧੀਆ ਇਨਸਾਨ ਆ, ਜਿੰਨਾ ਵਧੀਆ ਇਨਸਾਨ ਉਨੇ ਹੀ ਵਧੀਆ ਕੰਮ ਕਰਦਾ, ਕਿਉਂਕਿ ਟੂਰਨਾਮੈਂਟ ਦਾ ਜਿਹੜਾ ਬੰਦਾ ਸਾਰੇ ਸੰਗਤ ਨੂੰ ਲੈ ਕੇ ਤੁਰਦਾ ਪਿੰਡ ਦੇ, ਬਹੁਤ ਵਾਰ ਬੰਦਿਆਂ ਨੂੰ, ਟੀਮ ਨੂੰ ਖੜਾਉਂਦਾ ਵੀ ਆ, ਜਿੰਨੇ ਵੀ ਮੁੰਡੇ ਆ ਸਾਡੇ ਨੌਜਵਾਨ ਆ, ਨਸ਼ੇ ਪੱਤੇ ਤੋਂ ਬਚਾਉਂਦਾ ਹੈ, ਵੀ ਗਲਤ ਪਾਸੇ ਕੋਈ ਵੀ ਕਿਸੇ ਤਰ੍ਹਾਂ ਦਾ ਗਾਈਡ ਕੋਈ ਬੰਦਾ ਜਾ ਵੀ ਰਿਹਾ ਅਤੇ ਉਹਨੂੰ ਝਿੜਕ ਕੇ ਹਟਾਉਂਦਾ ਵੀ ਤੁਸੀਂ ਇਹ ਗਲਤ ਕੰਮ ਨਹੀਂ ਕਰਨਾ, ਨਸ਼ਾ ਪੱਤਾ ਕੋਈ ਨਹੀਂ ਕਿਸੇ ਤਰ੍ਹਾਂ ਦਾ ਵੀ ਕਰਨਾ, ਔਰ ਕਿਸੇ ਨੂੰ ਵੀ ਲੋੜ ਬੰਦ ਨੂੰ ਕਿਸੇ ਚੀਜ਼ ਦੀ ਲੋੜ ਆ ਮੰਗਾ ਉੱਥੇ ਵੀ ਖੜਦਾ ਹੈ, ਵਧੀਆ ਗਰੀਬ ਦੇ ਹੱਕ ਨੂੰ ਵੀ ਚੰਗਾ ਹੈ, ਸਾਰੇ ਮਤਲਬ ਕਿ ਪੂਰਾ ਘੈਂਟ ਬੰਦਾ ਜਿਹਨੂੰ ਕਹਿ ਲਗੇ ਵੀ 100 ਦੇ ਵਿੱਚੋਂ 100% ਬੰਦਾ ਵਧੀਆ ਹੈ, ਚੰਗੇ ਮਾੜੇ ਥਾਂ 'ਤੇ ਹਰ ਇੱਕ ਬੰਦੇ ਨਾਲ ਖੜਦਾ। ਥੈਂਕ ਯੂ ਮੇਰੇ ਮੰਗੇ ਬਾਈ ਦਾ, ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਵੀ ਮਾਲਕ ਉਹਨੂੰ ਤੰਦਰੁਸਤੀਆਂ ਬਖਸ਼ੇ, ਲੰਮੀ ਉਮਰ ਬਖਸ਼ੇ। ਬਹੁਤ ਪਿਆਰਾ ਗੋਲਡਨ ਸਪੌਂਸਰ ਆ ਤੁਹਾਡੇ ਪਿੰਡ ਦਾ, ਪੂਰੇ ਪੰਜਾਬ ਭਰ ਦੇ ਵੱਡੇ ਚਰਚੇ ਆ, ਧੰਨਵਾਦ ਜੀ। ਅਤੇ ਦੂਜੇ ਪਾਸੇ ਮੁੰਡੇ ਦਾ ਕਿਵੇਂ ਭਾਏ ਰੂਪਾ ਬੈਠਾ, ਇੱਕ ਪਾਸੇ ਟੀਮ ਕਿਹੜੇ ਜਿਲ੍ਹੇ ਬਠਿੰਡੇ ਦੀ ਬਣ ਗਈ ਹੈ, ਇਲਾਕਾ ਕਿਹੜੇ ਸਲਾਤ ਬਣੇ ਦਾ ਹੈ, ਇਹ ਗੱਲਾਂ ਦੁਨੀਆਂ ਭਰ ਦੇ ਵਿੱਚ ਹੁੰਦੀ ਹੈ, ਇਲਾਕਾ ਕਿਹੜੇ ਦੁੱਲੇ ਵਾਲੇ ਪਿੰਡਾਂ ਦਾ ਹੈ, ਆਹ ਚਰਚੇ ਹੁੰਦੇ ਆ ਮੁੰਡਿਆਂ ਦੇ ਨਾਲ, ਬਾਲਾ ਪੈਰਾਂ ਘੋਲ ਜਿਹੜਾ ਜੱਸੀ ਵਾਈਟਰ ਬਹੁਤ ਯਾਦ ਕਰਦਾ, ਕਈ ਵਾਰੀ ਤੈਨੂੰ ਇਹ ਗੱਲਾਂ ਹੁੰਦੀਆਂ ਮੇਰੇ ਵੀਰੋ, ਫਾਨ ਕਿਹੜੇ ਤੁੰਦੀ ਦੇ ਮੈਦਾਨ ਦੇ ਵਿੱਚ ਖਿਡਾਰੀ ਕਿਹੜੇ ਤਿਆਰ, ਵਾਹ ਦੀ ਵਾਹ ਹੋ ਗਏ ਸਿਲਸਿਲੇ ਕਹਿੰਦੇ ਮੈਚ ਦੇ, ਲਓ ਚੱਲਦਾ ਮੈਚ ਸਮਾਪਤ ਹੈ, ਚੱਲਦੇ ਮੈਚ ਭਾਈ ਰੂਪਾ ਜਿੱਤੂ ਰਹੀ ਹੈ, ਖੁਰਮ ਦੀ ਟੀਮ ਦਾ ਬਹੁਤ ਵੱਡਾ ਧੰਨਵਾਦ ਕਰਦੇ। ਸਟਾਰ ਆ ਮੇਰੇ ਵੀਰੋ, ਸਭ ਨੇ ਕਹਿੰਦੇ ਨਵੀਂ ਆ, ਆਹ ਟੱਕਰ ਨੇ ਕਹਿੰਦੇ ਟੱਕਰ ਦੇ ਖੜਵਾਣਾ ਹੈ, ਮੁਕਾਬਲਾ ਕਹਿੰਦੇ ਚੋਟੀ ਦਾ, ਹੀ ਸਭ ਸਿੰਘ ਦੇ ਡੋਲੀ ਦਾ, ਤੂੰ ਸ਼ੇਰ ਪੰਜਾਬ ਗਿਆ, ਹੀ ਕਰਕੇ ਮੈਂ ਕਹਿੰਦੇ ਬੋਲ ਤੇਰੀ ਫੁੱਲ ਗਿਆ ਗਿਆ।
ਲੋਕੀ ਕਿਆ ਕਰਨ ਤੈਨੂੰ ਲਾਵਣਗੇ ਮਿੱਟੀ ਤੇਰੇ ਨਾਲ ਵੀ ਗੁੱਲੂ ਸਾਡੀ ਟੀਮ ਦੇ ਲਈ ਖੇਡੇ ਪਰ ਸਮਰ ਦੇਖਾਂਗੇ ਗੱਲ ਨਾ ਕੀ ਇਹ ਟਿਕਾਣੀ ਆ ਸੁਣੇ ਕਿਵੇਂ ਬੁੱਲੇ ਬੁੱਲੇ ਜਿਵੇਂ ਕਰਾਦੀ ਸਿਰੇ ਦੀਆਂ ਬਾਲਾਂ ਕਿਵੇਂ ਚੁੱਲੂ ਨੇ ਕਿਵੇਂ ਗੁਰਬੱਤੀਆਂ ਨੇ ਇਹ ਵੀ ਥੋਪ ਲਈ ਇਹ ਤਰਨਾ ਹੋਣਾ ਕਰ ਰਹੇ ਨੇ ਨਾ ਭਾਗੀ ਮੋੜ ਵੀ ਪੈ ਗਿਆ ਸ਼ਕਾ ਪਹਿਲਾ ਮੋੜ ਦੇ ਕਿਵੇਂ ਗੁੱਲੂ ਨੂੰ ਇਹ ਫੇਰ ਦੇ ਕੇ ਕਿਵੇਂ ਕਰਦੇ ਹੋ ਰਿਹਾ ਹੈ ਇਹ ਲੱਗਦਾ ਭਰਾਉਣ ਦੇ ਨੂੰ ਸਹਿਰਾ ਦਿੱਤੀਏ ਸਹਿਰਾ ਤੈਨੂੰ ਟੱਪਣਾ ਹੀ ਪੈਣਾ ਦਿੱਤੀਏ ਪਹਿਲੀ ਬਾਹੋ खिडारी आ गए नेड़े कहिंदे मोतले वाले पिंड दे बब्बू आ गया बुरजां दी धरती दा देखिए फुल क्लियर मैच।